ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਖਬਰ ਜੀ ਦੀਵਾ ਗੋਲ ਚੈਨਲ ਤੋਂ ਅੱਜ ਅਸੀਂ ਗੱਲ ਕਰਾਂਗੇ ਠੰਡ ਦੇ ਬਾਰੇ ਇਸ ਦੇ ਨਾਲ ਹੀ ਇੰਟਰਵਿਊ ਸਟਾਰਟ ਕਰਦੇ ਹਾਂ ਸਾਡੇ ਨਾਲ ਮੌਜੂਦ ਹੈ ਇੱਕ ਛੋਟਾ ਜਿਹਾ ਬੱਚਾ ਉਸ ਦੇ ਨਾਲ ਸਵਾਲ ਜਵਾਬ ਕਰਦੇ ਹਾਂ ਤੇ ਪੁੱਛਦੇ ਹਾਂ ਤੇ ਬਣੇ ਰਹੋ ਦੀਵਾ ਗੋਲ ਚੈਨਲ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈਗਾ ਜੀ ਪਰਨਾ ਭਰਾਵਾ ਇਹ ਕਿਦਾਂ ਦਾ ਨਾਮ ਆ ਤੂੰ ਮੇਰੇ ਨਾਮ ਤੇ ਰਾਸ਼ਨ ਕਾਰਡ ਬਣਾਣਾ ਜਿਹੜੀ ਗੱਲ ਕਰਨਾ ਹੈ ਤੂੰ ਉਹ ਕਰ चल छड़ो छड़ो ਤੁਸੀਂ ਇਹ ਦੱਸੋ ਵੀ ਅੱਜ ਇੰਨੀ ਠੰਡ ਕਿਉਂ ਪੈ ਰਹੀ ਆ ਉਹ ਭਰਾਵਾ ਰਾਤ ਸਾਡੀ ਫ੍ਰਿਜ ਖੁੱਲੀ ਰਹਿ ਗਈ ਸੀ ਤਾਂ ਇੰਨੀ ਠੰਡ ਪੈਂਦੀ ਆ ਚਲੋ ਛੱਡੋ ਜੋ ਸਰਕਾਰ ਨੇ ਨਵੇਂ ਕਾਨੂੰਨ ਬਣਾਇਆ ਠੰਡ ਨੂੰ ਦੇਖਦੇ ਹੋਏ ਵੀ ਜਿਹੜਾ ਵੀ 9 ਵਜੇ ਤੋਂ ਪਹਿਲਾਂ ਰਜਾਈ ਖਿੱਚੂਗਾ ਉਹਨੂੰ ਆਤੰਕਵਾਦੀ ਹਮਲੇ ਦੇ ਬਰਾਬਰ ਮੰਨਿਆ ਜਾਊਗਾ ਨਾਲੇ ਸਰਕਾਰ ਨੇ ਇਹ ਵੀ ਕਿਹਾ ਵਾ ਵੀ ਜਿਹੜਾ ਕਿਸੇ ਦੇ ਕੰਬਲ ਜਾਂ ਰਜਾਈ ਦੇ ਵਿੱਚ ਵੜ ਕੇ ਕਿਸੇ ਦੇ ਠੰਡੇ ਪੈਰ ਲਾਊਗਾ ਉਹਦੇ ਤੇ ਛੇੜਛਾੜ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਨਾਲੇ ਸਰਕਾਰ ਨੇ ਇਹ ਵੀ ਕਿਹਾ ਵਾ ਵੀ ਜਿਹੜਾ ਬੰਦਾ ਨਹਾਤੇ ਹੋਏ ਬੰਦੇ ਨੂੰ ਹੱਥ ਲਾਊਗਾ ਉਹ ਬੰਦਾ ਵੀ ਨਹਾਤਾ ਹੋਇਆ ਮੰਨਿਆ ਜਾਊਗਾ ਤੁਸੀਂ ਸਰਕਾਰ ਦੇ ਇਹਨਾਂ ਕਾਨੂੰਨਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਦੇਖੋ ਬਾਈ ਜੀ ਅਸੀਂ ਤਾਂ ਸਾਰੇ ਕਾਨੂੰਨਾਂ ਨੂੰ ਆਹ ਨਜ਼ਰ ਨਾਲ ਹੀ ਦੇਖਦੇ ਆ ਤੁਸੀਂ ਪਤਾ ਨਹੀਂ ਕਿਹੜੀ ਨਜ਼ਰ ਨਾਲ ਦੇਖਦੇ ਆ चलो छोटो ਤੁਸੀਂ ਇਹ ਦੱਸੋ ਵੀ ਇਹ ਜਿਹੜੀ ਠੰਡ ਪੈ ਰਹੀ ਹੈ ਇੰਨੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਵਾਸ ਅਸੀਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਤੂੰ ਆਪ ਹੀ ਆਇਆ ਸਾਡੇ ਕੋਲ ਚਲੋ ਛੱਡੋ ਤੁਸੀਂ ਇਹ ਦੱਸੋ ਵੀ ਤੁਹਾਨੂੰ ਠੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਦੱਸਿਆ ਜੀ ਠੰਡ ਤੇ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਚਲੋ ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਜੀ ਕੰਮ ਲੱਭਣ ਦਾ ਕੰਮ ਕਰਦੇ ਆ ਉਹ ਵੀ ਠੰਡ ਦਾ ਕਰਕੇ ਬੰਦ ਹੋਇਆ ਪਿਆ अच्छा ਇਹਦਾ ਮਤਲਬ ਤੁਸੀਂ ਵਿਹਲੇ ਆ ਉਹ ਪੱਤਰਕਾਰਾ ਮੈਂ ਤੇਰੇ ਨਾਲ ਗੱਲ ਕਰੀ ਜਾਂਦਾ ਇਹਦਾ ਮਤਲਬ ਇਹ ਥੋੜੀ ਆ ਮੈਂ ਵਿਹਲਾ ਏ ਆ ਤਾਂ ਹੋਈ ਪਈ ਆ ਯਾਰ ਤੇਰੀ ਇਹ ਸੀਗਾ ਜੀ ਇਸ ਪਿੰਡ ਦਾ ਵਿਹਲੜ ਜਵਾਬ ਤੇ ਇਸ ਦੇ ਨਾਲ ਹੀ ਇੰਟਰਵਿਊ ਸਮਾਪਤ ਕਰਦੇ ਆ ਤੇ ਰਜਾਈ ਚ ਠੰਡੇ ਪੈਰ ਲਾਉਣ ਵਾਲੇ ਤੋਂ ਬਚੋ ਤੇ ਨਹਾਉਣ ਤੋਂ ਪਰਹੇਜ਼ ਕਰੋ ਆਪਣੇ ਘਰਾਂ ਵਿੱਚ ਰਹੋ ਸੇਫ ਰਹੋ ਮੈਂ ਤੁਹਾਡਾ ਖਬਰਚੀ ਦੀਵਾ ਗੋਲ ਚੈਨਲ ਤੋਂ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਪਏ ਆ ਠੀਕ ਹੈ ਨਾ ਕੀ ਦੱਸੀਏ ਜੀ ਨਹਾਉਣਾ ਤੇ ਧੋਣਾ ਦੋਵੇਂ ਔਖ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਪਏ ਆ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਵੇਂ ਕੰਮ ਔਖੇ ਹੋਏ ਪਏ ਜਿਹੜੇ ਚਾਹੁੰਦੇ ਰੱਖੇ ਚਲਾ ਜੀ ਰੱਖੇਗਾ ਚਲਾ ਦੇਗਾ ਚੱਲੀ ਇਹਦੇ ਨਾਲ ਚੱਲ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਵੇਂ ਔਖੋ ਦੋਵੇਂ ਕੰਮ ਔਖੇ ਹੋਏ ਪਏ ਆ ਕੀ ਦੱਸੀਏ ਜੀ ਠੰਡ ਵਿੱਚ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਆ ਚੱਲ ਚੱਲ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਵੇਂ ਦੋਵੇਂ ਕੰਮ ਔਖੇ ਹੋਏ ਪਏ ਆ ਦੋਵੇਂ ਕੰਮ ਇੱਥੇ ਚੱਲ ਇੱਥੇ ਪਏ ਮੇਰੇ ਹਾਲ ਚੱਲ ਤੇ ਸਟਾਰਟ ਕੀ ਦੱਸੀਏ ਜੀ ਹੱਸਣਾ ਨਹੀਂ ਹੱਸਣਾ ਚੱਲ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਵੇਂ ਆ ਕੰਮ ਔਖੇ ਹੋਏ ਪਏ ਰੁਕਣਾ ਨਹੀਂ ਵੈਸੇ ਰੁਕਣਾ ਨਹੀਂ ਚੱਲ ਚੱਲ ਬੋਲਣਾ ਬੋਲਣਾ ਤਾਂ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਸਟਾਰਟ ਕੀ ਦੱਸੀਏ ਜੀ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਚੱਲ ਕੀ ਦੱਸੀਏ ਜੀ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਕੀ ਦੱਸੀਏ ਜੀ ਠੰਡ ਵਿੱਚ ਤਾਂ ਨਹਾਉਣਾ ਤੇ ਧੋਣਾ ਦੋਵੇਂ ਕੰਮ ਔਖੇ ਹੋਏ ਪਏ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਸਟਾਰਟ ਕੀ ਦੱਸੀਏ ਜੀ ਆਇਆ ਨਾ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਆ ਤੇ ਸਟਾਰਟ ਕੀ ਦੱਸੀਏ ਜੀ ਠੰਡ ਚ ਤਾਂ ਆਇਆ ਕੀ ਦੱਸੀਏ ਜੀ ਠੰਡ ਵਿੱਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਆ ਐ ਪੂਰਾ ਗੁੱਸੇ ਵਿੱਚ ਚੱਲ ਕੀ ਦੱਸਿਆ ਜੀ ਠੰਡ ਚ ਤਾਂ ਨਹਾਉਣਾ ਤੇ ਧੋਣਾ ਦੋਨੇ ਦੋਨੇ ਕੰਮ ਔਖੇ ਹੋਏ ਪਏ ਦੋਨੇ ਕਹਿੰਦਾ ਦੋਨੇ ਦੋਨੇ ਕਹਿੰਦਾ ਚੱਲ ਚੱਲ ਕੀ ਦੱਸਿਆ ਜੀ ਕੀ ਦੱਸਿਆ ਜੀ ਠੰਡ ਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਆ ਕੀ ਦੱਸਿਆ ਜੀ ਠੰਡ ਚ ਨਹਾਉਣਾ ਤੇ ਧੋਣਾ ਦੋਨੇ ਕੰਮ ਔਖੇ ਹੋਏ ਪਏ ਅਸੀਂ ਤਾਂ ਜੀ ਕੰਮ ਲੱਭਣ ਦਾ ਕੰਮ ਕਰਦੇ ਆ ਉਹ ਵੀ ਠੰਡ ਕ ਅਸੀਂ ਤਾਂ ਜੀ ਕੰਮ ਲੱਭਣ ਦਾ ਕੰਮ ਕਰਦੇ ਆ ਫਿਲਹਾਲ ਕਹਿੰਗੇ ਨਾ ਮੁਕੇ ਮੜਾ ਫਿਲਹਾਲ ਕਹੀਂ ਫਿਲਹਾਲ ਦਾ ਕਰਕੇ ਉਹ ਵੀ ਬੰਦ ਹੋਇਆ ਪਿਆ ਅਸੀਂ ਤਾਂ ਜੀ ਕੰਮ ਲੱਭਣ ਦਾ ਕੰਮ ਕਰਦੇ ਆ ਠੰਡ ਦਾ ਕਰਕੇ ਉਹ ਵੀ ਬੰਦ ਹੋਇਆ ਪਿਆ
ਗੁੱਸੇ ਨਹੀਂ ਕਹੀ ਗੁੱਸੇ ਅਸੀਂ ਤਾਂ ਵੀ ਕੰਮ ਲੱਭਣ ਦਾ ਕੰਮ ਕਰਦੇ ਆ ਉਹ ਵੀ ਠੰਡ ਦਾ ਕਰਕੇ ਬੰਦ ਹੋਇਆ ਪਿਆ ਹਾਂ पत्रकार मैं तेरे नाल गल करी जाना मतलब ये थोड़ी आ भी मैं वेला वा बस ये कहना पत्रकार मैं तेरे नाल गल करी जाना ये मतलब यह थोड़ी है मैं वेला वा चल ਇਹਦਾ ਮਤਲਬ ਇਹ ਥੋੜੀ ਆ ਮੈਂ ਵਿਹਲਾ ਵਾਂ ਬੈ 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 ਚੱਲ ਉਹ ਪੱਤਰ ਕਰਾ ਗੁੱਸੇ ਨੂੰ ਉੱਠਿਆ ਕਰ ਗੁੱਸੇ ਨੂੰ ਅੱਖ ਕੱਢ ਕੇ ਗੁੱਸਾ ਕਰ ਕੀ ਕਹਿਣਾ ਆ ਕਰ ਕਿਧਰ ਕਿ ਆ ਉੱਠ ਕੇ ਐਂ ਨਾ ਰਹਿੰਦੇ ਐਂ ਕਰ ਐਂ ਨਹੀਂ ਕਰਨ ਨੂੰ ਰਹਿੰਦੇ ਕਰ ਤੂੰ ਐਂ ਉੱਠ ਕੇ ਗੁੱਸੇ 'ਚ ਉੱਠ ਖੜ ਜਾਈਂ ਉਹ ਪੱਤਰ ਕਰਾ ਮੈਂ ਤਾਂ ਨਾਲ ਗੱਲ ਕਰੀ ਜਾਣਾ ਇਹਦਾ ਮਤਲਬ ਇਹ ਥੋੜੀ ਮੈਂ ਵਿਹਲਾ ਵਾਂ ਚੱਲ ਗੁੱਸੇ 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 ਬੈ ਗੁੱਸੇ ਨਾਲ ਸਟਾਰਟ मैं तेरे गल करी थोड़ी है मैं वेला वा ये चल गुस्से चल ये मतलब ये थोड़ी है मैं वेला वा मतलब तू अटकना वो पत्रकार तेरे ना मैं गल करी जाना ये मतलब ये थोड़ी है मैं ते वेला वा चल गुस्से उठ चल मैं तेरे गल करी जाना एदा मतलब थोड़ी मैं वेला वा गल करी मैं तेरे ना गल करी जाना एदा मतलब ए थोड़ी आ
ਸਾਡੀ ਵੀਡੀਓ ਤੇ ਆਪਣਾ ਕਮੈਂਟ ਜ਼ਰੂਰ ਕਰਿਓ ਜੀ। ਮੇਰੇ ਨਾਲ ਵੀਡੀਓ ਵੇਖ ਲਏ ਸਾਡਾ ਚੈਨਲ ਸੰਦੀਪ ਟੂਰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ ਸਾਰਿਆਂ ਦਾ।